ਧੁੱਪ ਲੱਗੀ ਆ ਤੇ ਮੀਂਹ ਕਿੰਨਾ ਪੈ ਰਿਹਾ ਆ। ਸਵੇਰੇ ਨੀ ਸੀ ਬਸ ਹੈਗਾ, ਪਰ ਉਦੋਂ ਠੰਡ ਬੜੀ ਸੀ, ਬੱਦਲ ਬਹੁਤ ਹੋਇਆ ਸੀ, ਹੈ ਨਾ ਸ਼ਾਨੀ, ਬੱਦਲ ਪਰ ਬਹੁਤ ਹੀ ਜਦੋਂ ਗੁਰਸ਼ਾਨ ਨੂੰ ਸਕੂਲ ਛੱਡਿਆ ਤੇ ਹੁਣ ਮੀਂਹ ਨਾਲ ਹੀ ਧੁੱਪ ਆਏ 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 ਸਾਹਿਬ ਕੀ ਹੋਇਆ ਇੱਧਰ ਦੇਖੋ ਸਾਹਿਬ ਇੱਧਰ ਦੱਸ ਦਿਓ ਹਾਈ ਕਿੱਥੇ ਆਇਆ ਸੀ ਸਾਹਿਬ ਦੇ ਹਾਈ ਅਸੀਂ ਨਾ ਅੱਜ ਗਏ ਗੁਰੂ ਸਾਹਿਬ ਦੇ ਆਹੋ ਅਸੀਂ ਨਾ ਗੁਰੂ ਸਾਹਿਬ ਦੇ ਅੱਜ ਟੈਸਟ ਕਰਵਾਉਣ ਗਏ ਉਹਨਾਂ ਨੇ ਬਾਂਹ ਦੇ ਵਿੱਚ ਨਾ ਟੀਕਾ ਲਾ ਤਾ ਵੀ ਸੈਂਪਲ ਲੈਣ ਵਾਸਤੇ ਹੋਏ ਟੀਕਾ ਲਾ ਤਾ ਉਹਨਾਂ ਨੂੰ ਨਾੜੀ ਨਾ ਲੱਭੇ ਬੜਾ ਹੀ ਵਿਚਾਰਾ ਰੋਇਆ ਫਿਰ ਉਹਨਾਂ ਨੇ ਉੱਥੋਂ ਲਾ ਕੇ ਦੂਜੀ ਬਾਂਹ ਤੇ ਕੀਤਾ ਨਹੀਂ ਦੂਜੀ ਬਾਂਹ ਤੇ ਵੀ ਇੱਕ ਵਾਰੀ ਫਿਰ ਟਰਾਈ ਕੀਤਾ ਨਹੀਂ ਸੂਈ ਨਹੀਂ ਮਾਰੀ ਉੱਦਾਂ ਮਤਲਬ ਕਿ ਬੰਨ ਕੇ ਬਾਂਹ ਉਹਨਾਂ ਨੇ ਟਰਾਈ ਕੀਤਾ ਸੀ ਵੀ ਲੱਭ ਜੇ ਪਰ ਫਿਰ ਨਹੀਂ ਨਾੜ ਲੱਭੀ ਫਿਰ ਇਹਨਾਂ ਨੇ ਕੀਤਾ ਹੱਥ ਦੇ ਉੱਤੇ ਬੜੀ ਕੋਸ਼ਿਸ਼ ਕਰਕੇ ਤਿੰਨ ਚਾਰ ਜਾਣਿਆਂ ਨੇ ਮਾਹਾ ਹੀ ਲੱਭਿਆ ਫਿਰ ਇਹਦਾ ਪੀਪੀ ਦਾ ਟੈਸਟ ਹੋਣਾ ਸੀ ਸੁਸੂ ਦਾ ਹੋਣਾ ਸੀ ਫਿਰ ਇਹ ਸੁਸੂ ਨਾ ਕਰੇ ਆਪਾਂ ਨੂੰ ਜਿਹੜਾ ਸਾਡਾ ਕੰਮ ਦਸਾਂ ਮਿੰਟਾਂ 'ਚ ਜਾਂਦੇ ਹੀ ਹੋ ਗਿਆ ਨਾ ਉਹਨੂੰ ਸਾਨੂੰ ਇੱਕ ਘੰਟਾ ਲਾ ਤਾ ਹੁਣ ਹੱਸਦਾ ਆ ਕਿਉਂਕਿ ਇਹਦੇ ਟੈਸਟ ਕਰਾਉਣੇ ਬਹੁਤ ਜ਼ਰੂਰੀ ਸੀ ਕਿਉਂਕਿ ਹੁਣ ਵੀ ਇਹਦੇ ਟੈਸਟ ਜਿਹੜੇ ਰਿਪੋਰਟ ਅੱਗੇ ਇੱਕ ਹਫ਼ਤਾ ਅਸੀਂ ਲੇਟ ਕਰਾਏ ਆ ਇੱਕ ਹਫ਼ਤਾ ਲੇਟ ਅੱਗੇ ਹੋਏ ਆ ਅਤੇ ਹੁਣ ਇੱਕ ਹਫ਼ਤਾ ਸਾਨੂੰ ਹੋਰ ਮਤਲਬ ਕਿ ਲੇਟ ਮਿਲਣੇ ਇਹਦੀਆਂ ਰਿਪੋਰਟਾਂ ਤਾਂ ਨਾ ਬੰਦ ਕਰਿਓ ਉੱਤੋਂ ਛੱਤ ਧੁੱਪ ਬੜੀ ਪੈਣੀ ਅਤੇ ਉਹਦੇ ਕਰਕੇ ਹੁਣ ਰਿਪੋਰਟਾਂ ਵੀ ਇਹਦੀਆਂ ਅਗਲੇ ਹਫ਼ਤੇ ਮਿਲਣੀਆਂ ਲਾਸਟ ਵਿੱਚ ਜਾ ਕੇ ਫਿਰ ਡਾਕਟਰ ਨੂੰ ਚੈੱਕ ਕਰਾਵਾਂਗੇ ਤਾਂ ਫਿਰ ਪਤਾ ਲੱਗੂ ਵੀ ਇਹਨੂੰ ਕੀ ਗੱਲ ਆ ਕਿਉਂਕਿ ਕੁਛ ਖਾਂਦਾ ਵੀ ਹੁੰਦਾ ਹੀ ਨਹੀਂ ਅੱਜ ਸਵੇਰ ਦਾ ਇਹਨੇ ਤਾਂ ਇੱਕ ਬੋਤਲ ਦੁੱਧ ਹੀ ਨਹੀਂ ਪੀਤੀ ਬਾਲਾ ਨਿਆਣਾ ਜਿਹਾ ਲੱਗਦਾ ਤੁਰਨ ਫਿਰਨ ਨੂੰ ਓਦਾਂ ਅੱਜ ਸਵੇਰ ਦਾ ਇਹਨੇ ਪਾਣੀ ਨਹੀਂ ਪੀਤਾ ਉੱਥੇ ਕਿੰਨਾ ਰੋਇਆ ਪਾਣੀ ਨਹੀਂ ਪਰ ਵੇਲੋ ਪੀਤਾ ਇਹਨੇ ਨਾ ਇਹਨੇ ਫਿਰ ਦੁੱਧ ਪੀਤਾ ਅਤੇ ਹੁਣ ਆਪਾਂ ਚੱਲੇ ਹਾਂ ਘਰ ਇੱਕ ਸਾਹਿਬ ਦੀਆਂ ਲਿਆਂਦੀਆਂ ਦਵਾਈ ਇੱਕ ਲਿਆਂਦੀ ਸਾਹਿਬ ਦੀ ਆਪਾਂ ਬੋਤਲ ਇੱਕ ਦੋ ਕੰਮ ਹੋਰ ਕਰਨ ਵਾਲੇ ਉਹ ਕੀਤੇ ਹੁਣ ਜਾ ਕੇ ਰੋਟੀ ਪਾਣੀ ਬਣਾਵਾਂਗੇ ਅਤੇ ਤਰਨ ਨੇ ਚੱਲ ਜਾਣਾ ਕੰਮ 'ਤੇ ਅਤੇ ਸਾਹਿਬ ਨੂੰ ਜਾ ਕੇ ਸਵਾਲਦੀ ਹਾਂ ਅਤੇ ਆਪਾਂ ਕਰਾਂਗੇ ਘਰ ਦੇ ਕੰਮ ਕੋਈ ਜਿਹੜੇ ਰਹਿ ਰੂ ਗਏ ਕਰਨ ਵਾਲੇ ਸਾਹਿਬ ਦੀ ਨਿਊ ਵਾਲੀ ਬੋਟਲ ਕਿੱਥੇ ਸਾਹਿਬ ਇੱਕ ਨਾ ਹੁਣ ਉਹ ਕਈ ਵਾਰੀ ਗੰਦੀ ਹੁੰਦੀ ਹੈ ਅਤੇ ਰਾਤ ਨੂੰ ਜਦੋਂ ਉੱਠ ਕੇ ਦੁੱਧ ਪੀਣਾ ਹੁੰਦਾ ਨਾ ਫਿਰ ਧੋਣੀ ਪੈਂਦੀ ਉਹਨੇ ਜਿਹਨੂੰ ਰੋਣ ਲੈ ਪੈਂਦਾ ਅਤੇ ਹੁਣ ਇੱਕ ਬੋਤਲ ਮੈਂ ਹੋਰ ਲਿਆਂਦੀ ਮੈਂ ਫਿਰ ਨਿਆਣੇ ਦੀਆਂ ਦੋ ਹੁੰਦੀਆਂ ਸਿਆਲ 'ਚ ਵੈਸੇ ਵੀ ਛੇਤੀ ਛੇਤੀ ਹੁੰਦਾ ਵੀ ਬਸ ਦੁੱਧ ਪਿਆਲ ਦਿਉ ਨਿਆਣੇ ਨੂੰ ਕੰਬਲ 'ਚ ਵੜ ਜਾਓ ਹੁਣ ਵੈਸੇ ਵੀ ਠੰਡ ਹੋ ਗਈ ਆ ਸਾਡੇ ਤਾਂ ਬਹੁਤ ਧੁੱਪ ਅੱਜ ਲੱਗ ਗਈ ਪਰ ਠੰਡ ਬਹੁਤ ਜ਼ਿਆਦਾ ਸੀ ਅੱਜ ਸਵੇਰੇ ਉਹਨੇ ਖੋਲ ਲਈ ਤਰਨਾ ਇੱਧਰ ਕੇ ਬੋਤਲ ਆਪਣੀ ਦੁੱਧ ਆ ਵਾਲੀ ਨਵੀਂ ਜਿਹੜੀ ਲਿਆਂਦੀ ਇਹ ਕਿਹਦੀ ਆ ਵਾਓ ਆਈ ਤਾਂ ਇਦਾ ਇਦਾ ਇੱਕ ਮਿੰਟ ਕੱਢ ਕੇ ਵਖਾਨੇ ਆ ਓਏ ਨਿਊ ਵਾਲੀ ਉੱਤੇ ਕੀ ਲਿਖਿਆ ਤਰਨ ਮਾਰਕਾ ਉਹੋ ਹੀ ਆ ਚੂਚੋ ਦਾ ਹੀ ਆ ਕੀਕੋ ਦਾ ਹੀ ਆ ਹਾਂ ਉਹ ਵੀ ਸਾਈਜ਼ ਦੀ ਇਹੋ ਏਡੀ ਹੀ ਬੋਤਲ ਕਿ ਥੋੜ੍ਹੀ ਛੋਟੀ ਮਾਰਕਾ ਹੋ ਰਹੀ ਇਹ ਅਸੀਂ ਜਿਹੜੀ ਹੁਣ ਇਹਦੀ ਪਹਿਲੀ ਵਰਤਦੇ ਹਾਂ ਉਹ ਵੀ ਇਹੋ ਮਾਰਕੇ ਦੀ ਆ ਕੀਕੋ ਦੀ ਆ ਉਹ ਤੁਹਾਨੂੰ ਕਿੰਨੇ ਦੀਆਂ ਮਿਲੀਆਂ ਅਸੀਂ
ਆਹੋ ਤੇ 13 ਦੀ ਲੱਗੀਆਂ ਸੀ ਆਹੋ ਤੇ ਪਰ ਇਹ ਆਪਾਂ ਨੂੰ 13 ਦੀ ਮਿਲੀ ਹੈ ਜੀ ਬੋਟਲ ਦੀ ਦੂ ਘਰ ਜਾ ਕੇ ਧੋ ਕੇ ਪਤਾ ਹੋਵੇ ਦੂਜੀ ਬੋਤਲ 'ਚ ਦੁੱਧ ਹੈਗਾ ਉਹ ਨਾ ਫਿਰ ਬੋਤਲਾਂ ਦੇ ਵਿੱਚ ਨਾ ਜ਼ਿਆਦਾ ਬ੍ਰਸ਼ ਮਾਰਨੇ ਪੈਂਦੇ ਆ ਇੱਦਾਂ ਇਹ 'ਚ ਬ੍ਰਸ਼ ਮਾਰਨ ਦੀ ਕੋਈ ਲੋੜ ਨਹੀਂ ਆ ਥੱਲਿਓ ਇੱਥੋਂ ਵੀ ਖੁੱਲ੍ਹ ਜਾਣੀ ਆ ਉੱਪਰੋਂ ਵੀ ਖੁੱਲ੍ਹ ਜਾਣੀ ਆ ਜਿੱਦਾਂ ਮਰਜ਼ੀ ਤੁਸੀਂ ਸਾਫ਼ ਕਰ ਲਓ ਉਹ ਉਹ ਸਾਫ਼ ਨਹੀਂ ਹੁੰਦੀਆਂ ਤਰਨ ਹੈ ਨਹੀਂ ਹੁੰਦੀਆਂ ਸਾਫ਼ ਵਿੱਚ ਉੱਦਾਂ ਦੀਆਂ ਉੱਦਾਂ ਹੀ ਰਹਿ ਜਾਂਦੀਆਂ ਕੱਚ ਵਾਲੀਆਂ ਵੀ ਨਹੀਂ ਹੁੰਦੀਆਂ ਕਿ ਇਹਦਾ ਇਹ ਹੈ ਵੀ ਉੱਪਰੋਂ ਥੱਲਿਓ ਨੀਚੇ ਖੁੱਲ੍ਹ ਜਾਂਦੀ ਆ ਆਰਾਮ ਦੇ ਨਾਲ ਬੰਦਾ ਸਾਫ਼ ਕਰ ਲੈਂਦਾ ਨਾਲੇ ਔਖਾ ਨਹੀਂ ਹੁੰਦਾ ਵੀ ਸਾਫ਼ ਕਰਦਾ ਰਿਹਾ ਕਿਉਂਕਿ ਇੰਨਾ ਪਾਣੀ ਗਰਮ ਤਾਂ ਹੁੰਦਾ ਆਪਣਾ ਆਇਆ ਹੁੰਦਾ ਵਾ ਪਾਣੀ ਕਿਚਨ 'ਚ ਛੇਤੀ ਹੋ ਜਾਂਦਾ ਸਾਫ਼ ਬਹੁਤ ਟਰੱਕ ਭਾਈ ਤੇਜ਼ ਚਲਾਉਣ ਡਿਆ ਲਓ ਜੀ ਘਰ ਆ ਗਏ ਸੀ ਆਣ ਕੇ ਤਾਂ ਵੀਡੀਓ ਤਾਂ ਮੇਰੇ ਤੋਂ ਬਣੀ ਨਹੀਂ ਕਿਉਂਕਿ ਤਰਨ ਨਹੀਂ ਜਾਣਾ ਸੀ ਕੰਮ 'ਤੇ ਅਤੇ ਉਹ ਕਹਿੰਦੇ ਵੀ ਮੈਂ ਲੇਟ ਹੋ ਡਿਆ ਅਤੇ ਮੈਨੂੰ ਫਟਾਫਟ ਰੋਟੀ ਬਣਾ ਦਿਉ ਉਹਨਾਂ ਨੂੰ ਪਹਿਲਾਂ ਰੋਟੀ ਬਣਾ ਕੇ ਕੱਲ੍ਹ ਦੀ ਪਹਿਲਾਂ ਤਾਂ ਕਹਿੰਦੇ ਘਰ ਖਾ ਕੇ ਜਾਣੀ ਫਿਰ ਕਹਿੰਦੇ ਨਹੀਂ ਮੈਂ ਉੱਥੇ ਲੈ ਜਾਣਾ ਵੀ ਕੰਮ 'ਤੇ ਖਾ ਲਾਂਗੇ ਅਤੇ ਸਾਹਿਬ ਸਿਰ ਦਾ ਨਾ ਮੇਰੇ ਨਾਲ 6:15 ਦਾ ਸਿਰ ਦਾ ਉੱਠਿਆ ਸੀ ਅਤੇ ਉਹ ਉਹਨੂੰ ਬਸ ਇਹ ਕਿ ਬਸ ਮੈਨੂੰ ਲੰਮੇ ਪਾ ਦੇਣ ਅਤੇ ਮੈਂ ਸੌਂ ਜਾ ਉਹ ਹੁਣ ਸੌਂ ਗਿਆ ਆ ਅਤੇ ਉਹ ਮੈਂ ਨਾ ਕੁਛ ਲੱਭਣ ਡਈ ਹਾਂ ਲੱਭਣੇ ਡਈ ਹਾਂ ਕਿ ਸਮਾਨ ਲਿਆਂਦਾ ਸੀ ਇੰਡੀਅਨ ਦੁਕਾਨ ਤੋਂ ਆਪਾਂ ਨਾ ਦਹੀਂ ਵਗੈਰਾ ਜਾਂ ਹੋਰ ਹੀ ਇੱਕ ਦੋ ਚੀਜ਼ਾਂ ਹੀ ਖਾਣ ਵਾਲੀਆਂ ਨਮਕੀਨ ਵਗੈਰਾ ਤਾਂ ਲੈ ਕੇ ਆਈ ਸੀ ਨਮਕੀਨ ਦਾ ਪੈਕਟ ਵੀ ਲੈ ਕੇ ਨਾਲ ਜਾਂਦੇ ਅਤੇ ਹਾਂ ਮਠਿਆਈ ਲਿਆ ਗਿਆ ਸੀ ਕਿਉਂਕਿ ਗੁਰਸ਼ਾਨ ਨੂੰ ਬਹੁਤ ਜ਼ਿਆਦਾ ਪਸੰਦ ਆ ਗੁਲਾਬ ਜਾਮੁਨ ਅਤੇ ਤਰਨ ਨੂੰ ਸਵੇਰੇ ਸਵੇਰੇ ਇਹਨਾਂ ਨੇ ਚਾਹ ਦੇ ਨਾਲ ਕੁਛ ਨਾ ਕੁਛ ਚਾਹੀਦਾ ਅਤੇ ਮੈਂ ਆਪਣੇ ਵਾਸਤੇ ਲੈ ਕੇ ਆਈ ਸੀ ਇਹ ਅਤੇ ਵੈਸੇ ਅਸੀਂ ਨਾ ਆਪਣੇ ਘਰ ਬਹੁਤ ਘੱਟ ਮਿਲ ਕੇ ਨਮਕੀਨ ਵਗੈਰਾ ਖਾਣ ਲਈ ਚੀਜ਼ ਇੱਦਾਂ ਦੇ ਲਿਆਉਂਦੇ ਹੁੰਦੇ ਆਪਾਂ ਕਿਉਂਕਿ ਆਪਾਂ ਵੀ ਘੱਟ ਖਾਂਦੇ ਸੀ ਅਤੇ ਗੁਰਸ਼ਾਨ ਤਾਂ ਖਾਂਦਾ ਨਹੀਂ ਹੈ ਸਾਹਿਬ ਨਹੀਂ ਖਾਂਦਾ ਪਰ ਨਾ ਅਸੀਂ ਇੱਕ ਦੋ ਵਾਰੀ ਇਹਨਾਂ ਵਿੱਚੋਂ ਨਾ ਹੁਣ ਇਹ ਉਹਨਾਂ ਨੇ ਪੈਕਟ ਲਿਆਉਂਦੇ ਖੱਟੇ ਮਿੱਠੇ ਨਮਕੀਨ ਦੇ ਬਸ ਹੁਣ ਤਾਂ ਇੱਦਾਂ ਆ ਵੀ ਅੱਜ ਖੋਲ੍ਹਣਾ ਆ ਅਤੇ ਕੱਲ੍ਹ ਦੁਪਹਿਰ ਤੱਕ ਜਿਹੜਾ ਇਹ ਖਤਮ ਹੋ ਜਾਣਾ ਅਤੇ ਨਾਲੇ ਲਿਆਂਦਾ ਉੱਥੋਂ ਇੰਡੀਅਨ ਦੁਕਾਨ ਤੋਂ ਦਹੀਂ ਅਤੇ ਇਹ ਵੀ ਬਹੁਤ ਸਵਾਦ ਆ ਵੈਸੇ ਤਾਂ ਅਸੀਂ ਸਾਰਾ ਸਮਾਨ ਲਿਆ ਕੇ ਆਉਂਦਾ ਸੀ ਲੇਕਿਨ ਤਰਨਾ ਦੇ ਨਹੀਂ ਮੈਂ ਇਹੀ ਦਹੀਂ ਲਿਆ ਕੇ ਜਾਣਾ ਵਾ ਕਿਉਂਕਿ ਰਾਤ ਨੂੰ ਤਰਨਾ ਦੇ ਮੈਨੂੰ ਬਣਾ ਕੇ ਦੇਣੇ ਆ ਛੋਲੇ ਭਟੂਰੇ ਅਤੇ ਚਿੱਟੇ ਚਣੇ ਆਪਾਂ ਬਣਾਏ ਸੀ ਅਤੇ ਮੈਂ ਆਪਣੀ ਵੀ ਰੋਟੀ ਬਣਾ ਲਈ ਆ ਚਿੱਟੇ ਚਣੇ ਬਣਾਏ ਅਤੇ ਤਰਨਾ ਦੇ ਮੈਂ ਭਟੂਰੇ ਖਾਣੇ ਆ ਅਤੇ ਮੈਂ ਚਲੋ ਰਾਤ ਨੂੰ ਤੁਹਾਨੂੰ ਭਟੂਰੇ ਬਣਾ ਲਾਂਗੇ ਅਤੇ ਆਪਣੀ ਮੈਂ ਰੋਟੀ ਬਣਾ ਕੇ ਰੱਖ ਲਈ ਆ ਅਤੇ ਤਰਨ ਦੇ ਨਾਲ ਹੀ ਮੈਂ ਹੁਣ ਮੈਂ ਵਾਰ ਵਾਰ ਕੀ ਫਿਰ ਆਪਾਂ ਗੈਸ 'ਚ ਲਾਈ ਜਾਵਾਂਗੇ ਤਵਾ ਤਾਂ ਗਰਮ ਹੋਇਆ ਦੋ ਖੁੱਲ੍ਹ ਕੇ ਲਾ ਲੈਂਦੇ ਹਾਂ ਆਪਣੇ ਵੀ ਅਤੇ ਕਿਉਂਕਿ ਸਾਹਿਬ ਸੌਂ ਗਿਆ ਉਹਨੇ ਚਿਰ ਨੂੰ ਬਸ ਸਾਹਿਬ ਦੇ ਉੱਠਦੇ ਟਾਈਮ ਹੋ ਜਾਣਾ ਵਾ ਗੁਰਸ਼ਾਨ ਨੂੰ ਲੈ ਕੇ ਆਉਣ ਦਾ ਅਤੇ ਬਸ ਇੱਦਾਂ ਹੀ ਚੱਲ ਸੋ ਚੱਲ ਸੋ ਨੰਘ ਜਾਂਦਾ ਮਿੰਟੋ ਮਿੰਟੀ ਸਾਡਾ ਅੱਗੇ ਟਾਈਮ ਨਹੀਂ ਸੀ ਲੰਘਦਾ ਸੀ ਨਿਆਣਿਆਂ ਦੇ ਨਾਲ ਨਿਆਣੇ ਘਰੇ ਆ ਬਸ ਸਾਰਾ ਦਿਨ ਇੱਦਾਂ ਹੀ ਲੰਘ ਜਾਂਦਾ ਪਰ ਹੁਣ ਤਾਂ ਟਾਈਮ ਦਾ ਨਹੀਂ ਪਤਾ ਲੱਗਦਾ ਵੀ ਇੱਧਰੋਂ ਸਿਰੇ ਨਿਆਣੇ ਤਿਆਰ ਕਰਕੇ ਇਕੱਲੇ ਨਾਲ ਦੀ ਨਾਲ ਹੀ ਫਿਰ ਡਿਊਟੀ ਚੱਲੂ ਮੇਰੀ ਤਾਂ ਵੈਸੇ ਬਹੁਤ ਸਕਦੇ ਆ ਕਿਉਂਕਿ ਸਾਹਿਬ ਕਰਕੇ ਕਿਉਂਕਿ ਸਾਹਿਬ ਨੂੰ ਸਵੇਰੇ ਵਿਚਾਰਾ ਉੱਠ ਜਾਂਦਾ ਅਤੇ ਚਲੋ ਜੀ ਠੀਕ ਆ ਮੈਂ ਵੀ ਨਾ ਕੱਪੜੇ ਚੇਂਜ ਕਰ ਲਈਏ ਕਿਉਂਕਿ ਠੰਡ ਹੋ ਗਈ ਆ ਮੈਂ ਨਾ ਟੀ ਸ਼ਰਟ ਸਵੇਰੇ ਮੈਨੂੰ ਮੌਸਮ ਠੀਕ ਜਿਹਾ ਲੱਗਿਆ ਸੀ ਵੀ ਬੱਦਲ ਜਿਹਾ ਸੀ ਮੈਂ ਚੱਲ ਕੋਈ ਗੱਲ ਨਹੀਂ ਇੰਨੀ ਜ਼ਿਆਦਾ ਠੰਡ ਨਹੀਂ ਆ ਪਰ ਇੰਨੀ ਜ਼ਿਆਦਾ ਠੰਡ ਹੋ ਗਈ ਆ ਕਿ ਮੋਢੇ ਆਕੜ ਕੇ ਠੰਡ ਦੇ ਨਾਲ ਜੈਕਟ ਪਾ ਕੇ ਗਈ ਸੀ ਪਰ ਫਿਰ ਵੀ ਉਹ ਜੈਕਟ ਜਿਹੜੀ ਇੰਨੀ ਕਾਮਯਾਬ ਨਹੀਂ ਹੋਈ ਮਤਲਬ ਕਿ ਠੰਡ ਜ਼ਿਆਦਾ ਆ ਮੈਨੂੰ ਲੱਗਿਆ ਵੀ ਆਏ ਕਿਉਂਕਿ ਸ਼ੁਰੂ ਸ਼ੁਰੂ ਦੇ ਵਿੱਚ ਠੰਡ ਦੇ ਵਿੱਚ ਨਾ ਉਹ ਜੈਕਟਾਂ ਚੱਲ ਜਾਂਦੀਆਂ ਪਰ ਮੈਂ ਇੱਕ ਦੋ ਦਿਨ ਉਹ ਹੀ ਪਾ ਕੇ ਜਾਂਦੀ ਰਹੀ ਹਾਂ ਅਤੇ ਪਰ ਹੁਣ ਮੈਨੂੰ ਪਤਾ ਲੱਗਦਾ ਮੇਰੇ ਸਾਰੇ ਮੋਢੇ ਮਾਢੇ ਆਕੜ ਗਏ ਆ ਅਤੇ
ਬਸ ਹੁਣ ਇੱਕੋ ਹੀ ਆ ਗੱਲ ਵੀ ਬਾਬਾ ਜੀ ਸਾਹਿਬ ਦੀਆਂ ਰਿਪੋਰਟਾਂ ਸਾਰੀਆਂ ਠੀਕ ਠੀਕ ਆਉਣ। ਵੀ ਬਹੁਤ ਔਖੇ ਟੈਸਟ ਹੋਏ ਅੱਜ ਉਹਦੇ, ਕਿਉਂਕਿ ਬਹੁਤ ਰੋਇਆ, ਬਹੁਤ ਜ਼ਿਆਦਾ ਰੋਇਆ, ਅਤੇ ਟੈਸਟ ਸਹੀ ਸਹੀ ਆਏ ਅਤੇ ਰਿਪੋਰਟਾਂ ਚੈੱਕ ਕਰਵਾ ਕੇ ਡਾਕਟਰ ਕੋਲ, ਫਿਰ ਇਹਦੇ ਵੇਖਦੇ ਅੱਗੇ ਕੀ ਕਹਿੰਦੇ ਡਾਕਟਰ, ਇਹਨੂੰ ਕੀ ਕੀ ਦਵਾਈ ਦੇਣੀ, ਇਹਨੂੰ ਕੀ ਕਰਨਾ, ਕਿਉਂਕਿ ਕੁਛ ਨਹੀਂ ਇਹ ਮੁੰਡਾ ਖਾਂਦਾ। ਅਤੇ ਓਕੇ ਜੀ, ਬਾਏ ਜੀ, ਸਤਿ ਸ਼੍ਰੀ ਅਕਾਲ ਜੀ।